ਪੰਜਾਬ ਦੇ ਵਿੱਚ ਬਿਨਾਂ ਨੰਬਰ ਪਲੇਟ ਵਾਲੇ ਵਾਹਨ ਧੜੱਲੇ ਦੇ ਨਾਲ ਤਿਆਰ ਕੀਤੇ ਜਾ ਰਹੇ ਨੇ। ਪੰਜਾਬ ਦੇ ਲੁਧਿਆਣਾ ਦੇ ਵਿੱਚ ਵੀ ਕੁਝ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ, ਜਿਸ ਦਾ ਕਿ ਲਾਈਵ ਵੀਡੀਓ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਦੇਖ ਸਕਦੇ ਹੋ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਿਨਾਂ ਨੰਬਰ ਪਲੇਟ ਵਾਲੇ ਵਾਹਨ ਇੱਥੇ ਵਿਕਣ ਦੇ ਲਈ ਖੜ੍ਹੇ ਹੋਏ ਨੇ। ਸੈਂਕੜੇ ਦੀ ਤਾਦਾਦ ਦੇ ਵਿੱਚ ਇਹਨਾਂ ਨੂੰ ਸਟੋਰ ਕਰਕੇ ਰੱਖਿਆ ਗਿਆ ਹੈ। ਡੀਜ਼ਲ ਇੰਜਣ ਅਤੇ ਮੋਟਰਸਾਈਕਲ ਦਾ ਇੰਜਣ ਜੋੜ ਕੇ ਇਹ ਵਾਹਨ ਤਿਆਰ ਕੀਤੇ ਗਏ ਨੇ। ਜਸਰ ਟੀਮ ਨੇ ਵੱਡੀ ਗਿਣਤੀ ਦੇ ਵਿੱਚ ਖੜ੍ਹੇ ਅਤੇ ਸਟੋਰ ਕੀਤੇ ਗਏ ਜੁਗਾੜੂ ਵਾਹਨਾਂ ਦੀ ਲਾਈਵ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਮੌਕੇ ਤੋਂ ਦੁਕਾਨ ਮਾਲਕ ਦੁਕਾਨਾਂ ਬੰਦ ਕਰਦੇ ਹੋਏ ਨਜ਼ਰ ਆਏ, ਜਿਨ੍ਹਾਂ ਨੂੰ ਕਿ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੁਕਾਨ ਮਾਲਕ ਦੁਕਾਨਾਂ ਦੇ ਸ਼ਟਰ ਬੰਦ ਕਰ ਰਹੇ ਨੇ। ਉੱਥੇ ਇਸ ਸੰਬੰਧ ਦੇ ਵਿੱਚ ਸਾਡੀ ਟੀਮ ਦੇ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਨਾਲ ਵੀ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਕਿ ਅਜਿਹੇ ਵਾਹਨਾਂ ਦੇ ਉੱਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਕਾਫ਼ੀ ਇਸ ਤਰੀਕੇ ਕੀ ਸ਼ਿਕਾਇਤਾਂ ਆ ਰਹੀ ਥੀ ਕਿ ਕੁਛ ਲੋਕਾਂ ਨੇ ਜੋ ਆਪਣੀ ਮੋਟਰਸਾਈਕਲਸ ਹੈ ਉਨਕੋ ਮੋਡੀਫਾਈ ਕਰਕੇ ਪੀਛੇ ਸੇ ਕਾਟ ਕੇ ਉਨਕੇ ਪੀਛੇ ਇੱਕ ਗਾੜੀ ਅਟੈਚ ਕਰ ਲਈ ਹੈ, ਜਿਸ ਸੇ ਕਿ ਉਸਕੋ ਮਾਲ ਢੋਨੇ ਮੇਂ ਉਹ ਯੂਜ਼ ਕਰ ਰਹੇ ਹੈ। ਤੋ ਇਸਮੇਂ ਸੈਕਿੰਡ ਹੈਂਡ ਮੋਟਰਸਾਈਕਲ ਯੂਜ਼ ਕਰ ਰਹੇ ਥੇ। ਕਾਫ਼ੀ ਮੋਟਰਸਾਈਕਲ ਕੀ ਜੋ ਚੋਰੀਓਂ ਕੀ ਵਾਰਦਾਤਾਂ ਹੋਤੀ ਹੈ, ਉਨਮੇਂ ਮੋਟਰਸਾਈਕਲ ਜੋ ਚੋਰੀ ਵਾਲੀ ਹੈ ਉਸਮੇਂ ਉਸਕਾ ਨੰਬਰ ਵਗੈਰਾ ਮਿਟਾ ਕੇ ਕਰਕੇ ਉਸ ਪਰ ਗਾੜੀ ਰੇੜ ਜਿਸਕੋ ਪੀਟਰ ਰੇੜਾ ਟਾਈਪ ਕਾ ਜੁਗਾੜ ਟਾਈਪ ਕਾ ਕਹਿਤੇ ਹੈ ਵੋ ਬਣਾ ਲੇਤੇ ਥੇ। तो उसको अभी हम लोगों ने पूरी तरीके से उस पर पाबंदी लगाई है और उसमें जो है CRPC 144 CRPC के तहत ऑर्डर भी किए हैं, जिसमें कि इस तरीके के कोई भी मॉडिफाइड व्हीकल को अगर कोई यूज़ करता है उस पर पाबंदी है और उसमें 188 IPC की धारा के तहत उसमें मुकदमा दर्ज करके उनको सजा भी हो सकती है। हाँ, जो मेन कसूरवार हैं वो तो जो वर्कशॉप ओनर्स हैं, जो मैकेनिक हैं, जो इसको बनाते हैं वो हैं, तो उनके खिलाफ़ भी कार्रवाई होगी और जो यूज़ कर रहे होंगे उनके खिलाफ़ भी कार्रवाई होगी। इसमें यही है कि जो मोटर व्हीकल एक्ट है उसमें जो कंपनी की तरफ से गाड़ी जो निकलती है उसी तरीके से उसका ही प्रयोग करें, और किसी को अगर माल ढोने के लिए गाड़ी चाहिए तो उस तरीके की गाड़ी खरीदें जिस जो कि कंपनी से ऑथराइज्ड है, जिस पर रजिस्ट्रेशन नंबर, इंजन नंबर, चेसिस नंबर लगा होता है। किसी तरीके की मॉडिफाइड व्हीकल को जब हम लोग करते हैं तो उससे एक तो चोरियों की वारदातें बढ़ती हैं, दूसरा इससे एक्सीडेंट्स होने का खतरा बना रहता है और उस दिशा में कोई, क्योंकि इनके ऊपर रजिस्ट्रेशन नंबर नहीं होता है तो उसको ट्रेस करना भी बहुत मुश्किल हो पाता है। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।